ਕੋਈ ਰੋਕ ਲਵੇ ਅਬਾਸ ਨੂੰ ਨਾ ਜਾਣ ਦੇਵੇ ਇਸ ਖਾਸ ਨੂੰ ਕੋਈ ਰੋਕ ਲਵੇ ਅਬਾਸ ਨੂੰ ਓ ਕੋਈ ਰੋਕ ਲਵੇ ਅਬਾਸ ਨੂੰ ਨਾ ਜਾਣ ਦੇਵੇ ਇਸ ਖਾਸ ਨੂੰ ਕੋਈ ਰੋਕ ਲਵੇ ਅਬਾਸ ਨੂੰ ਮੈਂ ਤੁਹਾਨੂੰ ਸੁਣਾ ਰਿਹਾ ਅਬਾਸ ਦੀ ਰਵਾਨਗੀ ਵਾਨਗੀ ਮੇਰੇ ਕੋਲ ਮਵਾਦ ਇਤਨਾ ਹੈ ਕਿ ਮੈਂ ਰਾਤ ਥੋੜ੍ਹੀ ਹੈ ਮੈਂ ਇੱਕ ਸ਼ੇਰ ਸੁਣਾ ਤੇ ਅਬਾਸ ਦੀ ਰਵਾਨਗੀ ਦਾ ਜੇ ਤੁਸੀਂ ਵਾਕਈ ਕਰਬਲਾ ਸੁਣਨਾ ਆਇਓ ਤਾਂ ਇਸ ਤੋਂ ਵੱਡੀ ਕਰਬਲਾ ਕੋਈ ਨਹੀਂ ਹਜ਼ਰਾਤ ਮੈਂ ਮਹਿਮਾਨ ਸੁਣ ਸਮਝ ਕੇ ਵੀ ਸਮਝ ਲਓ ਯਾਰ ਨਾਥ ਖਾਨ ਸੁਣ ਕੇ ਸਮਝ ਲਓ ਜਦੋਂ ਵਲੀਦ ਬਿਨ ਉਤਬਾ ਨੇ ਮਦੀਨੇ ਦੇ ਗਵਰਨਰ ਨੇ ਹੁਸੈਨ ਨੂੰ ਕਹਿਣਾ ਮੇਰੀ ਗੱਲ ਸੁਣ ਜਾਓ ਤੁਹਾਨੂੰ ਯਜ਼ੀਦ ਦਾ ਖਤ ਦੇਣਾ ਤੇ ਮੌਲਾ ਅਬਾਸ ਰਾਤ ਨਿਕਲੇ ਨਾ ਉਹਦੀ ਗੱਲ ਸੁਣਨ ਵਾਸਤੇ ਜਿਹਨੇ ਇਹ ਗੱਲ ਨਹੀਂ ਸੁਣੀ ਉਹਨੇ ਸੁਣੀ ਕੁਛ ਨਹੀਂ ਇੱਕੋ ਸ਼ੇਰ ਅਬਾਸ ਪੜ੍ਹਨੇ ਇਸ ਮਜ਼ਮੂਨ ਵਿੱਚ ਪੜ੍ਹਨੇ ਤੇ ਮੌਲਾ ਹੁਸੈਨ ਘਰੋਂ ਨਿਕਲ ਲੱਗੇ ਤੇ ਬੀਬੀ ਜ਼ੈਨਬ ਨੇ ਗੋਡ ਫੜ ਲਿਆ ਪੁੱਛਿਆ ਹੁਸੈਨ ਕਿੱਥੇ ਜਾ ਰਿਹਾ ਅਦਰ ਮੈਂ ਵਲੀ ਦੀ ਗੱਲ ਸੁਣਿਆ ਬੀਬੀ ਪਾਕ ਫਰਮਾਉਂਦੀ ਠਹਿਰ ਜਾ ਇਕੱਲੇ ਨਾ ਜਾ ਇਕੱਲੇ ਨਾ ਜਾ ਕਿਸੇ ਨਾਲ ਲੈ ਜਾ ਸੁਭਾਨ ਅੱਲਾਹ ਹਾਸ਼ਮੀ ਖਾਨਦਾਨ ਦੇ ਨੌਜਵਾਨ ਸਾਰੇ ਸਨ ਵੇਖਦੀਆਂ ਰਹੀਆਂ ਪਿੱਛੋਂ ਆਵਾਜ਼ ਆਏ ਸੁਭਾਨ ਅੱਲਾਹ ਤੇ ਗੁੱਟ ਛੜ ਕੇ ਆਉਂਦੇ ਨੇ ਲੈ ਹੁਣ ਚਲੇ ਜਾਓ ਵਾਹ ਵਾਹ ਤੈਨੂੰ ਸਮਝ ਨਹੀਂ ਲੱਗੀ ਵਾਹ 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 ਹੁਣ ਚਲੇ ਜਾਓ ਇੰਨਾ ਭਰੋਸਾ ਕਿਸ ਦੇ ਵੀਰ ਹਵਾਲੇ ਕਰ ਸਾ ਤੁਰ ਗਿਆ ਕਿਸ ਦੇ ਵੀਰ ਹਵਾਲੇ ਕਰ ਸਾ ਕਿਵੇਂ ਦਰਦ ਨੇ ਟਾਲੇ ਕਰ ਸਾ ਦੇਵੇ ਆਸਰਾ ਮੇਰੀ ਆਸ ਨੂੰ ਦੇਵੇ ਆਸਰਾ ਮੇਰੀ ਆਸ ਨੂੰ ਨਾ ਜਾਣ ਦਿਓ ਇਸ ਖਾਸ ਨੂੰ ਕੋਈ ਰੋਕ ਲਵੇ ਆਵਾਸ ਨੂੰ ਕੋਈ ਰੋਕ ਲਵੇ ਅਬਾਸ ਨੂੰ ਕੋਈ ਰੋਕ ਲਵੇ ਅਬਾਸ ਉਹਨੂੰ ਆਖੋ ਵਤਨ ਭਰਾ ਉਹਨੂੰ ਆਖੋ ਵਤਨ ਭਰਾ ਦਰਦ ਨਾ ਉਦਾਸ ਕਰੇ ਉਹ ਉਦਾਸ ਨੂੰ ਨਾ ਉਦਾਸ ਕਰੇ ਉਹ ਉਦਾਸ ਨੂੰ ਨਾ ਜਾਣ ਦਿਓ ਇਸ ਖਾਸ ਨੂੰ ਕੋਈ ਰੋਕ ਲਵੇ ਕੋਈ ਰੋਕ ਲਵੇ
عباس نو